ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕਿਵੇਂ ਬਾਬੀ? ਬਾਈ ਜੀ ਵਧੀਆ ਠੀਕ ਠਾਕ। ਬੜਾ ਟਾਈਮ ਲੰਘ ਗਿਆ ਆਪਾਂ ਜਦੋਂ ਪਹਿਲਾਂ ਲੈਂਸਰ 'ਚ ਜਾਂਦੇ ਹੁੰਦੇ ਸੀ ਬੜੇ ਖਾੜੇ ਲਾਏ ਇਕੱਠੇ ਇਕੱਠੇ ਜੀ, ਬਹੁਤ ਇੰਜੋਏ ਕੀਤਾ। 2 ਵਜੇ ਵਿਹਲੇ ਹੋਣਾ ਤੇ ਹੁਣ ਤਾਂ ਆਪਣਾ ਅੰਬੇ ਦੀਆਂ ਰੋਟੀਆਂ ਯਾਦ ਨੇ ਪੁਰਾਣੇ ਦਿਨ। ਸਹੀ ਹੈ ਜੀ, ਮੈਨੂੰ ਇਹ ਵੀ ਯਾਦ ਹੈ ਆਪਣੀ ਪਹਿਲੀ ਮੁਲਾਕਾਤ ਹੁਸ਼ਿਆਰਪੁਰ ਹੋਟਲ ਰੂਮ 'ਚ ਹੋਈ ਸੀ। ਹੋਟਲ 'ਚ ਮਿਲੇ ਸੀ, ਇਹੋ ਜਿਹੇ ਰੂਮ ਸੀ? ਹਾਂ, ਇਹੋ ਜਿਹੇ ਰੂਮ ਸੀ। ਹਾਂ, ਤੁਸੀਂ ਉਹ ਥੱਕੇ ਹੋਏ ਸੀ ਬੜੇ, ਉਹ ਦਿਨੇ ਇੱਕ ਪ੍ਰੋਗਰਾਮ ਕਰਕੇ ਆਏ ਸੀ। ਹਾਂ ਜੀ, ਫਿਰ ਸੀ। ਹਾਂ, ਉੱਦੇ ਉੱਥੇ ਮਿਲੇ ਸੀ ਆਪਾਂ। ਬਾਈ, ਤੁਹਾਨੂੰ ਪਤਾ ਹੈ punjabiportal.com ਬਾਰੇ? ਤੁਸੀਂ ਚਲੋ ਪਹਿਲਾਂ ਤੁਸੀਂ ਐਂ ਦੱਸੋ, ਤੁਹਾਨੂੰ ਪੰਜਾਬੀ ਪੋਰਟਲ ਬਾਰੇ ਕਿੰਨਾ ਕੁ ਪਤਾ ਹੈ? ਹੀਰ ਰਾਂਝੇ ਤੋਂ ਪਹਿਲਾਂ, ਆਪਣੀ ਐਸੋਸੀਏਸ਼ਨ ਤੋਂ ਪਹਿਲਾਂ ਕਦੇ ਮੈਂ ਰਾਹੇ ਵਾਹੇ ਕਦੇ ਕੋਈ ਫਰੋਲਣ ਲੱਗ ਜਾਣਾ, ਕੁਛ ਨਾ ਕੁਛ ਆ ਜਾਣਾ, ਕੋਈ ਕਦੇ ਆਪਣੇ ਬਾਰੇ ਜਾਂ ਆਪਣੀ ਫਿਲਮ ਬਾਰੇ ਦੇਖਦਾ ਟੂ ਕਿਹੜੇ ਫੀਡਬੈਕ ਕਿ ਕੀ ਲੋਕ ਸੋਚਦੇ ਨੇ ਕੀ ਨਹੀਂ, ਤਾਂ ਉਹਦੇ ਵਿੱਚੋਂ ਕਿਤੇ ਨਾ ਕਿਤੇ ਮੈਂ ਪੜ੍ਹ ਲੈਣਾ ਅਤੇ ਜਿਹੜੇ ਤੁਹਾਡੀਆਂ ਡਿਸਕਸ਼ਨਸ ਹੁੰਦੀਆਂ ਸੀਗੀਆਂ ਉਹ ਕਾਫੀ ਇੰਟਰਸਟਿੰਗ ਮੈਨੂੰ ਲੱਗਦੀਆਂ ਸੀਗੀਆਂ। ਪਰ ਮੈਨੂੰ ਸੱਚੀ ਮੈਨੂੰ ਇਹ ਨਹੀਂ ਪਤਾ ਇਹ ਪੰਗਾ ਤੇਰਾ ਹੀ ਲਿਆ ਹੋਇਆ ਹੈਗਾ। ਅਤੇ ਫਿਰ ਆਪਣੀ ਜਦ ਹੀਰ ਰਾਂਝੇ ਵੇਲੇ ਆਪਣੀ ਲੱਡਾ ਕੋਠੀ ਹੋਈ ਮੁਲਾਕਾਤ, ਕਿੱਦਾਂ ਆਪਾਂ ਰਲ ਕੇ ਪ੍ਰਮੋਸ਼ਨ ਤੁਸੀਂ ਕਰੋਗੇ, ਆਪਾਂ ਐਸੋਸੀਏਸ਼ਨ ਹੋ ਗਈ ਆਪਣੀ, ਉਦੋਂ ਤੋਂ ਫਿਰ ਕਾਫੀ ਰੈਗੂਲਰ ਮੈਂ ਦੇਖਦਾ ਰਹਿੰਦਾ ਵੀ ਬਾਬੀ ਕੁਛ ਕੰਮ ਕਰ ਵੀ ਰਿਹਾ ਕਿ ਗੱਲਾਂ ਹੀ ਮਾਰੀ ਜਾਂਦਾ ਸੀ। ਨਾ ਬਾਈ, ਬਾਹਲੀ ਮਿਹਨਤ ਹੋਈ ਜਾਂਦੀ ਹੈ, ਸੱਚੀ ਗੱਲ ਦੱਸਾਂ, ਤੱਪੜ ਵਿਕਾਏ ਪਏ ਨੇ ਆਪਣੇ ਨਾਲ। ਹੁਣ ਚਲੋ ਕੋਈ ਨਾ, ਮਿਹਨਤ ਤੱਪੜ ਵਿਕੇ ਪੰਜਾਬੀ ਹੌਲੀ ਹੌਲੀ ਕੀ ਹੁੰਦਾ ਕਿ ਜਿਹੜਾ ਕੰਮ ਰੇਤ ਦੇ ਟਿੱਬੇ 'ਤੇ ਇੱਕ ਲੀਹ ਪਾਉਣੀ ਬਹੁਤ ਔਖੀ ਹੁੰਦੀ ਹੈ। ਬਾਪੂ ਜੀ ਪਾਰਸ ਦੀ ਇੱਕ ਕਵਿਤਾ ਹੁੰਦੀ ਸੀ ਕਿ ਗੱਲਾਂ ਕਰਨ ਸੁਖਾਲੀਆਂ ਕਠਿਨ ਪਾਲਣੇ ਬੋਲ। ਪੰਜਾਬੀ ਦੇ ਵਿੱਚ ਕੋਈ ਵੀ, ਮੈਂ ਫਿਲਮ ਮੇਕਿੰਗ ਵੱਲ ਆਇਆ ਅੱਜ, ਲੱਗਦਾ ਉਹ ਪਤਾ ਨਹੀਂ ਹਰਭਜਨ ਮਾਨ ਕਿੰਨੇ ਕੁ ਪੈਸੇ ਕਮਾ ਰਿਹਾ, ਸਟਾਰ ਬਣ ਗਿਆ ਹਰਭਜਨ ਮਾਨ, ਅਤੇ ਉਹ ਮੈਨੂੰ ਹੀ ਪਤਾ ਜਿਵੇਂ ਤੈਨੂੰ ਪਤਾ ਕਿ ਪੰਜਾਬੀ ਪੋਰਟਲ ਚਲਾਉਣਾ ਅਤੇ ਕਿੰਨਾ ਕੁ ਇਹਦੇ 'ਚ ਕਮਾਈ ਹੈ ਅਤੇ ਕਿੰਨਾ ਕੁ ਹੈ। ਫਿਰ ਜਿਹੜੇ ਕਹਿੰਦੇ ਨਾ ਵੀ ਜਿਹੜੀ ਤਾਰ 'ਚੋਂ ਜਿਹੜੀ ਧੁਨ ਨਿਕਲਦੀ ਹੈ ਕਿ ਉਹ ਤਾਂ ਸਾਰੇ ਹੀ ਸੁਣਦੇ ਆ, ਜਿਹੜੀ ਤਾਰ 'ਤੇ ਗੁਜ਼ਰਦੀ ਹੈ ਉਹ ਸਿਰਫ ਉਹਨੂੰ ਹੀ ਪਤਾ ਹੀ ਪਤਾ ਹੁੰਦੀ ਹੈ। ਸੱਚੀ ਗੱਲ, ਬਹੁਤੀਆਂ ਸਿਆਣੀਆਂ ਗੱਲਾਂ ਕਰਦੇ। ਅੱਛਾ, ਤੈਨੂੰ ਸ਼ੱਕ ਹੈ ਯਾਰ ਸਾਰੇ ਤੇਰੇ ਵਰਗੇ ਥੋੜੋ? ਸਹੀ ਹੈ ਬਾਈ, ਸਹੀ ਹੈ। ਮਤਲਬ ਉਹ ਬੜਾ, ਜਦੋਂ ਤੈਨੂੰ ਪਹਿਲੀ ਵਾਰ ਮਿਲਿਆ ਆਪਾਂ ਰਾਤ ਦਾ ਸ਼ੋਅ ਕਰਨ ਦੀ ਵਿਆਹ ਦਾ ਸੀ ਉੱਥੇ ਸੀ, ਬੜੀ ਕੈਜੂਅਲ ਗੱਲਬਾਤ ਜਿਵੇਂ ਕਰਦਾ ਹੁੰਦਾ ਤੂੰ, ਹਨਾ ਮੈਂ ਯਾਰ ਕੈਸਾ ਪਤਾ ਉਹ ਨੱਚਦੇ ਤੇ ਛਿੱਤਰ ਪਵਾ ਦੇ ਸਰਕਾਰੀ ਬੱਸ ਚੱਲਦੀ ਹੁੰਦੀ ਸੀ, ਗੇਅਰ ਪੈਂਦੇ ਹੁੰਦੇ ਸੀ। ਮੈਨੂੰ ਇਹ ਵੀ ਯਾਦ ਆ ਜਦੋਂ ਮੈਂ ਹੁੰਦੀ ਤਾਂ ਤੁਹਾਡੀ ਬ੍ਰੇਕ ਸੀ ਉਦੋਂ, ਚੱਲ ਮੈਂ ਬਹਿਣਾ ਆਰਾਮ ਨਾਲ, ਤੁਸੀਂ ਉੱਥੇ ਬੈਠੇ ਰਹਿੰਦੇ ਸੀ, ਮੇਰਾ ਸਾਰਾ ਸੁਣ ਕੇ ਜਾਂਦੇ ਹੁੰਦੇ ਸੀ ਵੀ ਮੈਂ ਇਹਦੀ ਬੱਸ ਤਾਂ ਸੁਣੀ ਲਵਾਂ। ਬਹੁਤ ਇੰਜੋਏ ਕੀਤਾ ਜੀ। ਅੱਛਾ ਬਾਈ, ਸਾਡੇ ਮੈਂਬਰਸ ਨੇ ਤੁਹਾਨੂੰ ਪ੍ਰਸ਼ਨ ਪੁੱਛੇ ਨੇ, ਮੈਂ ਉਹਨਾਂ ਦੇ ਨਾਮ ਵੀ ਲਊਂਗਾ ਤੇ ਬਹੁਤ ਓਨੈਸਟ ਕੁਐਸਚਨ ਪੁੱਛਿਆ, ਸੋ ਆਪਾਂ ਆਉਣ ਦਿਓ। ਹਾਂਜੀ ਬਿਲਕੁਲ ਆਉਣ ਦਿਓ। ਸਾਡੇ ਮੈਂਬਰ ਹੈ ਜੀ ਸੁਖਜੀਤ ਬਰਾੜ, ਤੇ ਬਾਈ ਰਾਜਸਥਾਨ ਤੋਂ ਮੇਰੇ ਖਿਆਲ, ਗੰਗਾਨਗਰ ਤੋਂ। ਗੰਗਾਨਗਰ ਤੁਹਾਡਾ ਫਲਾ ਹੋ ਜੀ। ਚਲੋ ਜੀ, ਬੜਾ ਚੰਗਾ ਲੱਗਿਆ ਤੇ ਸੁਜੀਤ ਨੂੰ ਬਹੁਤ ਚੰਗਾ ਲੱਗਿਆ। ਸੁਜੀਤ ਲਿਖਦਾ ਵੀ ਬਹੁਤ ਸੋਹਣਾ ਬਾਈ, ਬਹੁਤ ਸੋਹਣਾ ਲਿਖਦਾ, ਬੜੇ ਸੋਹਣੇ ਗੀਤ ਲਿਖਦਾ ਤੇ ਨਾਲ ਹੀ ਅੱਛੇ ਗਾਣੇ। ਹੁਣ ਮੈਨੂੰ ਅੱਛੇ ਹੀ ਹੋਣਗੇ ਬਾਈ, ਬਾਬੀ ਕਹਿ ਰਹੇ ਵਧੀਆ ਲਿਖਦੇ ਹੋ, ਭੇਜੋ ਜ਼ਰੂਰ ਮੈਨੂੰ ਗਾਣੇ। ਕਿਆ ਵੁੱਡ ਲਵ ਟੂ ਸੀ ਇਟ ਬਾਈ ਜੀ, ਤੁਹਾਡੀ ਮੀਟਿੰਗ ਹੀ ਕਰਵਾਵਾਂਗੇ ਹੁਣ ਸੁਜੀਤ ਨਾਲ। ਤੇ ਇੱਕ ਨਾਲ ਹੀ ਮੈਂਬਰ ਹੈ ਰਾਣੇ, ਤੇ ਇਹਦੇ ਬਾਰੇ ਵੀ ਚਾਨਣਾ ਪਾ ਦੇ ਥੋੜਾ ਜਿਹਾ, ਇਹ ਬਾਅਦ ਚ ਪਾਵਾਂਗੇ। ਪਹਿਲੀ 2 ਨਵੰਬਰ ਨੂੰ ਤੁਸੀਂ, ਚਲੋ ਆਪਾਂ ਇਹ ਸਕ੍ਰਿਪਟ 'ਚ ਹੈ ਨਹੀਂ ਸੀ। ਓਕੇ, ਹਾਂ, ਇਹਨਾਂ ਨੇ ਜੀ 2 ਕੁਐਸਚਨ ਪੁੱਛਿਆ। ਪਹਿਲਾ ਇਹ ਹੈਗਾ ਬਾਈ ਜੀ, ਬਈ ਦੇਖੋ ਤੁਸੀਂ ਵੀ ਸਿੰਗਰ ਹੋ ਹਨਾ, ਔਰ ਆਪਣੀ ਜਿੰਨੀ ਵੀ ਇੰਡਸਟਰੀ ਵਿੱਚ ਜਿੰਨੀਆਂ ਫਿਲਮਸ ਬਣ ਰਹੀਆਂ ਨੇ, ਬਿਕੋਜ਼ ਸਾਨੂੰ, ਮੈਨੂੰ ਤਾਂ ਪਤਾ, ਮੈਂ ਤੁਹਾਨੂੰ ਬਹੁਤ ਦੇਰ ਤੋਂ ਜਾਣਦਾ ਕਿ ਫਿਲਮਾਂ ਨੂੰ ਤੁਸੀਂ ਐਸੇ ਪ੍ਰੋਫੈਸ਼ਨ ਨਹੀਂ ਲੈਂਦੇ, ਐਸੇ ਕਮਾਈ ਦਾ ਜ਼ਰੀਆ ਤਾਂ ਲੈਂਦੇ ਨਹੀਂ। ਤੁਹਾਡਾ ਤਾਂ ਉਹੀ ਹੈ, ਜਦੋਂ ਆਪਣੀ ਮੀਟਿੰਗ ਹੋਈ ਤੁਸੀਂ ਉਦੋਂ ਵੀ ਮੈਨੂੰ ਇਹੀ ਗੱਲ ਆਖੀ ਸੀ ਵੀ ਯਾਰ ਮੈਂ ਤਾਂ ਇਹਨੂੰ ਬਈ ਪੰਜਾਬੀ ਦੇ ਲਈ ਕਰ ਰਿਹਾ ਸਾਰਾ ਜੋ ਕਰ ਰਿਹਾ। ਦੇਖੋ ਗੁਰਦਾਸ ਭਾਅ ਜੀ ਵੀ ਹੈਗੇ ਨੇ, ਹੁਣ ਅਮਰਿੰਦਰ ਗਿੱਲ ਨੇ ਵੀ ਐਂਟਰੀ ਕੀਤੀ ਹੈ ਮੁੰਡੇ UK ਦੇ ਨਾਲ, ਅਤੇ ਜਿੰਨੇ ਵੀ ਹੋਰ ਵੀ ਜਿੰਨੀਆਂ ਫਿਲਮਾਂ ਹੈਗੀਆਂ, ਮੋਸਟਲੀ ਰੋਸ਼ਨ ਪ੍ਰਿੰਸ ਵੀ, ਜਿਵੇਂ ਇਹ ਸਾਰੇ ਸਿੰਗਰਸ ਇੰਡਸਟਰੀ ਵਿੱਚ ਆ ਰਹੇ ਆ, ਸੋ ਤੁਹਾਨੂੰ ਡੂ ਯੂ ਫੀਲ ਜਸਟੀਫਾਈਡ ਵਿਦ ਦਿਸ ਕਿ ਵੀ ਸਿੰਗਰਸ ਜੋ ਆਉਂਦੇ ਨੇ ਉਹ ਫਿਲਮਾਂ ਦੇ ਵਿੱਚ ਆ ਰਹੇ ਸੀ ਡੋਕੇ? ਪੰਜਾਬੀ ਸਿਨੇਮੇ ਦੀ ਜੇ ਆਪਾਂ ਹਿਸਟਰੀ 'ਤੇ ਨਿਗਾਹ ਮਾਰੀਏ ਨਾ, ਤਾਂ ਪੰਜਾਬੀ ਜਿਹੜਾ ਸਿੰਗਰਸ ਨੇ, ਗਾਇਕ ਨੇ, ਉਹ ਹਮੇਸ਼ਾ ਇੱਕ ਪੰਜਾਬੀ ਫਿਲਮਾਂ ਦਾ ਬਹੁਤ ਅਹਿਮ ਹਿੱਸਾ ਰਹੇ ਨੇ। ਤੁਸੀਂ ਪੁਰਾਣੀਆਂ ਫਿਲਮਾਂ 'ਚ ਕੀ ਹੁੰਦਾ ਸੀ, ਕਿਸੇ 'ਚ ਮਾਨਕ ਸਾਹਿਬ ਦਾ ਅਖਾੜਾ ਸੀ, ਕਿਸੇ ਸਦੀਕ ਸਾਹਿਬ ਨੂੰ ਬਕਾਇਦਾ ਸਦੀਕ ਸਾਹਿਬ ਹੀਰੋ ਵੀ ਆਉਂਦੇ ਰਹੇ, ਸਰਦੂਲ ਭਾਜੀ ਵੀ ਆਉਂਦੇ ਰਹੇ, ਉਸ ਤੋਂ ਬਾਅਦ ਫਿਰ ਗੁਰਦਾਸ ਭਾਜੀ, ਫਿਰ ਮਲਕੀਤ ਤੇ ਸਰਦੂਲ ਭਾਜੀ। ਕੀ ਹੁੰਦਾ ਕਿ ਇੱਕ ਰੀਜਨਲ ਸਿਨੇਮਾ, ਜਿਹੜਾ ਖਿੱਤੇ ਦੀ ਗੱਲ ਚੱਲਦੀ ਹੈ ਨਾ, ਖਿੱਤੇ ਦੇ ਵਿੱਚ ਲੋਕ, ਚਾਹੇ ਪੋਲੀਟਿਕਸ ਤੁਸੀਂ ਲੈ ਲਓ,
ਚਾਹੇ ਸੰਗੀਤ ਦਾ ਖੇਤਰ ਹੈਗਾ, ਚਾਹੇ ਉਹ ਜਿਹੜੇ ਉੱਥੋਂ ਦੇ ਲੋਕ ਆ, ਜਿਹੜੇ ਉੱਥੋਂ ਦੇ ਲੋਕਾਂ ਦੇ ਵਿੱਚ ਹਰ ਰੋਜ਼ ਵਿਚਰਦੇ ਆ, ਉਹਨਾਂ ਲੋਕਾਂ ਦੀ ਇੱਕ ਸਾਂਝ ਆ ਜਿਹੜੀ, ਇੱਕ ਉਹ ਜਜ਼ਬਾਤੀ ਸਾਂਝ ਹੁੰਦੀ ਹੈ। ਜਿਹੜਾ ਬੰਦਾ ਜਿੱਥੇ ਰਹਿੰਦਾ ਹੈਗਾ, ਜਿਹੜੇ ਉਹ ਲੋਕਾਂ ਨੂੰ, ਉਹਨਾਂ ਦੇ ਰਹਿਣ ਸਹਿਣ ਨੂੰ ਸਮਝਦਾ, ਉਹ ਸੇਮ। ਮੈਂ ਅੱਜ ਬਾਲੀਵੁੱਡ ਵਾਲਾ ਐਕਟਰ, ਉਹ ਐਕਟਰ ਬਹੁਤ ਤਕੜਾ ਹੋ ਜਾਊਗਾ, ਪਰ ਇੱਕ ਹਰ ਰੋਜ਼ ਦੀ ਜਿਹੜੀ ਪੰਜਾਬੀ ਦਾ ਸੁਭਾਅ, ਜਿਹੜੀ ਜ਼ਿੰਦਗੀ ਹੈਗੀ, ਉਹ ਸ਼ਾਇਦ ਉਹ ਇੰਨੇ ਨੇੜਿਓਂ ਨਹੀਂ ਸਮਝ ਸਕਦਾ। ਜਿਸ ਤਰ੍ਹਾਂ ਮੈਂ ਭੋਜਪੁਰੀ ਜਾਂ ਕੀ ਬੰਗਾਲੀ ਫਿਲਮ ਕੀ ਆ, ਸਾਊਥ ਕੀ ਆ, ਉਹ ਮੈਂ ਨਹੀਂ ਸਮਝ ਸਕਦਾ। ਤੋ ਸੇਮ ਜਦ ਵੀ ਕਿਤੇ ਬਾਲੀਵੁੱਡ ਦੇ ਵਿੱਚੋਂ ਜੇ ਐਕਟਰਸ ਲੈ ਕੇ ਪੰਜਾਬੀ ਫਿਲਮਾਂ ਬਣੀਆਂ, ਤਾਂ ਉਹਦੇ ਵਿੱਚ ਲੋਕਾਂ ਨੂੰ, ਉਹਨਾਂ ਨੂੰ ਸਵੀਕਾਰ ਨਾ ਸਕੇ, ਨਾ ਤਾਂ ਉਹਨਾਂ ਦਾ ਉਹ ਐਕਸੈਂਟ, ਨਾ ਉਹ ਲਹਿਜ਼ਾ ਜ਼ਬਾਨ ਦਾ ਬੋਲਣ ਦਾ ਸੀਗਾ, ਨਾ ਉਹ ਜਿਹੜੀ ਬਾਡੀ ਲੈਂਗੁਏਜ, ਨਾ ਉਹ ਮਾਹੌਲ ਦੇ ਵਿੱਚ ਹੋ ਰਹੇ ਸੀਗੇ। ਅਤੇ ਮੈਨੂੰ ਇਹ ਲੱਗਿਆ ਕਿ ਸਿਨੇਮਾ ਜਦੋਂ, ਮੇਰਾ ਮੇਨ ਫਿਲਮ ਵੱਲ ਕਾਰਨ ਜਿਹੜਾ ਆਉਂਦਾ ਉਹ ਸੀਗਾ, ਮੈਨੂੰ, ਮੈਂ ਅੱਜ ਵੀ ਕਹਿੰਦਾ, ਨਾ ਮੈਨੂੰ ਐਕਟਿੰਗ ਆਉਂਦੀ ਹੈ ਨਾ ਆਉਂਦੀ ਸੀ, ਮੇਰੇ ਕੋਲ ਇੱਕ ਜਜ਼ਬਾ ਸੀਗਾ, ਉਹ ਇਹ ਸੀਗਾ ਕਿ ਅਸੀਂ ਪੰਜਾਬੀ ਦੁਨੀਆ ਭਰ ਦੇ ਵਿੱਚ ਅੱਜ ਅਸੀਂ ਇਸ ਚੀਜ਼ ਦਾ ਰੌਲਾ ਪਾਉਣਾ ਕਿ ਪੰਜਾਬੀ ਜ਼ਬਾਨ ਖਤਮ ਹੋ ਰਹੀ ਹੈ, ਪੰਜਾਬੀ ਕਲਚਰ ਖਤਮ ਹੋ ਰਿਹਾ ਹੈਗਾ, ਸੱਭਿਆਚਾਰ ਪੰਜਾਬ ਦਾ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ, ਵਿਰਸਾ ਜਿਹੜਾ। ਪਰ ਅਸੀਂ ਉਹਨੂੰ ਅੱਗੇ ਜਨਰੇਸ਼ਨ ਤੱਕ ਲਿਆਉਣ ਲਈ, ਜਿਹੜੇ ਮੀਡੀਅਮ ਨੂੰ ਉਹ ਜਨਰੇਸ਼ਨ 'ਚ ਸਮਝਦੀ ਹੈ, ਅਸੀਂ ਉਹਦੇ ਲਈ ਕੀ ਕਰ ਰਹੇ ਹਾਂ? ਅੱਜ ਜੇ ਪੰਜਾਬੀ ਜ਼ਬਾਨ ਜਿਉਂਦੀ, ਉਹ 'ਚ ਬਹੁਤ ਵੱਡਾ ਜਿਹੜਾ ਯੋਗਦਾਨ ਆ, ਉਹ ਪੰਜਾਬੀ ਸੰਗੀਤ ਦਾ, ਚਾਹੇ ਉਹ ਯੂਕੇ ਦੇ ਗਰੁੱਪ ਨੇ, ਪੰਜਾਬ ਦੇ ਗਾਉਣ ਵਾਲੇ ਨੇ, ਕੈਨੇਡਾ ਦੇ ਗਾਉਣ ਵਾਲੇ ਨੇ। ਅਤੇ ਇਸੇ ਤਰ੍ਹਾਂ ਹੀ ਜੇ ਸਾਡਾ ਸੰਗੀਤ, ਮਿਊਜ਼ਿਕ ਤਕੜਾ ਹੋਏਗਾ, ਸਾਡਾ ਸਿਨੇਮਾ ਦੁਬਾਰ ਤੋਂ ਖੜਾ ਹੋਏਗਾ, ਕਿਉਂਕਿ ਵਿਜੂਅਲੀ ਜਿਹੜੀ ਚੀਜ਼ ਬੱਚੇ ਦੇ ਦਿਮਾਗ 'ਤੇ ਅਸਰ ਕਰਦੀ, ਹੋਰ ਕੋਈ ਚੀਜ਼ ਨਹੀਂ ਕਰਦੀ। ਤਾਂ ਸੱਚੀ ਗੱਲ ਹੈ ਜੀ। ਇੱਦਾਂ ਹੀ ਥੀਏਟਰ ਹੈਗਾ। ਅਤੇ ਮੈਨੂੰ ਇਹ ਲੱਗਿਆ ਕਿ ਹਰਭਜਨ ਤੇਰੀ ਅੱਜ ਗਾਇਕੀ ਦੇ ਵਿੱਚ, ਮੈਨੂੰ ਘੁੱਗੀ ਭਾਜ ਨੂੰ ਇੱਕ ਪ੍ਰੋਗਰਾਮ ਕਰਦੇ ਹੁੰਦੇ ਸੀ ਸ਼ਾਇਦ ਅਲਫਾ ਪੰਜਾਬੀ 'ਤੇ, ਉਹਨਾਂ ਨੇ ਮੈਨੂੰ ਉਦੋਂ ਹਮੇਸ਼ਾ ਉਹ ਗੱਲ ਰਿਮਾਇੰਡ ਕਰਦੇ, ਉਹ ਸਟੇਜਾਂ 'ਤੇ ਵੀ ਬਕਾਇਦਾ ਕਹਿੰਦੇ, ਕਹਿੰਦੇ ਮੈਂ ਹਰਭਜਨ ਉਦੋਂ ਟੀਚਰ ਕੀਤੀ ਸੀਗੀ ਕਿ ਸਾਰੇ ਲੋਕ ਕਹਿੰਦੇ ਪੰਜਾਬੀ ਦੀ ਬੜੀ ਸੇਵਾ ਕਰਦੇ, ਕਹਿੰਦੇ ਤੁਸੀਂ ਵੀ ਕੁਛ ਇਸ ਤਰ੍ਹਾਂ ਦਾ ਕਰ ਰਹੇ ਹੋ ਕਿ ਜਿਹੜਾ ਵਾਕਈ ਅਸੀਂ ਕਹਿ ਸਕੀਏ ਕਿ ਅਸੀਂ, ਹਾਂ ਯਾਰ ਇਹ ਬੰਦੇ ਦਾ ਵਾਕਈ ਇੱਕ ਪ੍ਰੋਗਰਾਮ ਲਾ ਕੇ ਖਾੜੇ 'ਤੇ ਨੋਟ ਕਮਾਉਣ ਤੋਂ ਬਗੈਰ ਵੀ ਯੋਗਦਾਨ ਹੈਗਾ। ਤਾਂ ਇਹ ਟੋਲਡ ਇਮ ਦੈਟ ਟਾਈਮ ਹੈਗਾ ਜੀ, ਤੁਸੀਂ 2 ਮਹੀਨੇ ਦਾ ਇੰਤਜ਼ਾਰ ਕਰੋ, ਕਿਉਂਕਿ ਮਨ ਜੀ ਨੂੰ, ਜੀਆਂ ਨੂੰ ਮਨਾਉਣ ਲਈ ਇਟ ਟੁੱਕ ਮੀ 3 ਈਅਰਸ ਟੂ ਕਨਵਿੰਸ ਹਿਮ ਕਿ ਤੁਸੀਂ ਪੰਜਾਬੀ ਫਿਲਮ ਬਣਾਓ। ਮਨ ਜੀ ਕਹਿੰਦੇ ਮੈਂ ਫਿਲਮ ਬਣਾਊ, ਮਨ ਜੀ ਪੰਜਾਬੀ ਨੂੰ ਬਹੁਤ ਪਿਆਰ ਕਰਨ ਵਾਲੇ ਨੇ, ਮਨ ਜੀ ਤੋਂ ਮੇਰਾ ਮਤਲਬ ਮਨਮੋਹਨ ਸਿੰਘ, ਹਾਂਜੀ ਹਾਂਜੀ, ਪਰ ਉਹਨਾਂ ਨੇ ਵਾਰਸ ਬਣਾਈ, ਚੰਨ ਪ੍ਰਦੇਸੀ ਬਣਾਈ, ਨਸੀਬੋ ਬਣਾਈ, ਉਹ ਕਹਿੰਦੇ ਹਰਭਜਨ ਮੇਰਾ ਇੰਨਾ ਮਾੜਾ ਐਕਸਪੀਰੀਅੰਸ ਰਿਹਾ, ਮੇਰੇ ਤੱਪੜ ਵਿਕ ਗਏ ਆ ਕਿ ਪੰਜਾਬੀ ਦੇ ਵਿੱਚ ਨਾ ਕੋਈ ਪ੍ਰੋਡਕਸ਼ਨ ਹਾਊਸ ਆ, ਨਾ ਕੋਈ ਡਿਸਟ੍ਰੀਬਿਊਟਰ ਦਾ ਸਿਸਟਮ ਆ, ਨਾ ਨੈਟਵਰਕ ਆ ਕੋਈ, ਅਤੇ ਮੈਨੂੰ ਕੋਈ ਚੰਗਾ ਜੇ ਲਿਆਏਗਾ ਫਿਲਮ ਬਣਾਉਣ ਵਾਲਾ ਪ੍ਰੋਡਕਸ਼ਨ ਹਾਊਸ, ਤਾਂ ਮੈਂ ਫਿਲਮ ਬਣਾਊ। ਸੱਚੀ ਗੱਲ। ਅਤੇ ਮੈਂ ਓਏ ਹੋਏ ਤੋਂ ਬਾਅਦ ਜਦੋਂ ਇੱਕ ਬਹੁਤ ਵੱਡਾ ਉਹ ਹਿੱਟ ਸੀ, ਮੈਨੂੰ ਦੂਜੀਆਂ ਕੰਪਨੀਆਂ ਕਹਿੰਦੀ ਇਹ ਕੰਪਨੀ ਛੱਡ ਕੇ ਆ ਜਾ, ਕਰੋੜਾਂ ਰੁਪਈਏ ਲੈ ਲਾ, ਮੈਂ ਟੀ ਸੀਰੀਜ਼ ਨਾਲ ਹੀ ਰਿਹਾ, ਤਾਂ ਕਿ ਇਹਨਾਂ ਦਾ ਵਿਸ਼ਵਾਸ, ਇੱਕ ਟਰੱਸਟ, ਫੇਥ ਮੇਰੇ 'ਚ ਬਣੇ, ਅਤੇ ਮੈਂ ਇਹਨਾਂ ਤੋਂ ਕੱਲ੍ਹ ਨੂੰ ਪੰਜਾਬੀ ਦੀ ਫਿਲਮ ਪ੍ਰੋਡਿਊਸ ਕਰਵਾਉਂ। ਸੱਚੀ ਕਹਿ ਰਹੀ ਹੈ। ਜਜ਼ਬਾਤੀ ਕੁਦਰਤੀ ਸਟੇਜਾਂ ਤੋਂ ਗੀਤਾਂ ਦੇ ਨਾਲ ਉਹਨਾਂ ਦੀ ਸਾਂਝ ਬਣੀ ਹੁੰਦੀ ਹੈ ਉਹਨਾਂ ਨਾਲ, ਉਹ ਫਿਰ ਥੋੜਾ ਜਿਹਾ ਜਿਹੜੀ ਮਾਰਕੀਟਿੰਗ ਆ ਉਹਨੂੰ ਮਦਦ ਕਰਦਾ, ਹੈਲਪ ਮਿਲਦੀ ਹੈ। ਠੀਕ ਹੈ ਜੀ। ਸੋ ਤੁਸੀਂ ਗੱਲ ਦਾ ਜਵਾਬ ਤਾਂ ਦਿੱਤਾ, ਪਰ ਇਹਦੇ ਵਿੱਚੋਂ ਕਾਫੀ ਬੈਕਗ੍ਰਾਉਂਡ ਪਤਾ ਲੱਗ ਗਈ ਕਿ ਪੰਜਾਬੀ ਸਿਨੇਮਾ ਕਿਸ ਤਰ੍ਹਾਂ ਅੱਗੇ ਆਇਆ, ਇਹ ਮਨ ਜੀ ਹੋਣਾ ਨੇ ਜੀ ਆਇਆਂ ਨੂੰ ਕਿਵੇਂ ਆਏ। ਸੋ ਬਹੁਤ ਵਧੀਆ ਬਾਈ ਤੁਸੀਂ ਇਸਦਾ, ਔਰ ਬੇਸਿਕਲੀ ਇਹੀ ਗੱਲ ਹੈ, ਜਦੋਂ ਇਹੋ ਜਿਹੀ ਗੱਲਬਾਤ ਹੁੰਦੀ ਹੈ ਤਾਂ ਇਹ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ।